ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ ਤੇ। ਗੱਲ ਇੱਕ ਵਾਰ ਫਿਰ ਤੋਂ ਤੁਹਾਡੀ ਹੈਲਥ ਹੀ ਹੋਏਗੀ। ਜੋ ਵੀ ਹੈਲਥ ਨੂੰ ਲੈ ਕੇ ਇਸ਼ੂਜ਼ ਰਹਿੰਦੇ ਨੇ, ਜੋ ਵੀ ਬਿਮਾਰੀਆਂ ਨੇ, ਉਹਨਾਂ ਬਿਮਾਰੀਆਂ ਦਾ ਇਲਾਜ ਕਿਵੇਂ ਕਰਨਾ, ਇਹ ਦੱਸਣ ਦੇ ਲਈ ਇੱਕ ਵਾਰ ਫਿਰ ਤੋਂ ਸਾਡੇ ਨਾਲ ਹੋਣਗੇ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ ਘਰ ਬੈਠੇ ਵੀ ਤੁਸੀਂ ਕਿੱਦਾਂ ਇਲਾਜ ਕਰਨਾ ਹੈਗਾ ਉਹ ਵੀ ਦੱਸਦੇ ਨੇ। ਪਰ ਜੇਕਰ ਬਿਮਾਰੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਹੈ, ਫਿਰ ਆਯੁਰਵੇਦ ਤਰੀਕੇ ਦੇ ਨਾਲ ਕਿੱਦਾਂ ਟ੍ਰੀਟਮੈਂਟ ਹੋ ਸਕਦਾ ਇਹ ਵੀ ਦੱਸਦੇ ਨੇ। ਸੋ ਇੱਕ ਵਾਰ ਫਿਰ ਤੋਂ ਸਾਡੇ ਸ਼ੋਅ ਦੇ ਵਿੱਚ ਨਾਲ ਨੇ, ਪਰ ਦੱਸ ਦਿੰਦੇ ਹਾਂ ਜੀ, ਨੰਬਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ, ਇਹਨਾਂ ਨੰਬਰ ਨੂੰ ਨੋਟ ਕਰ ਲਓ, ਕਿਉਂਕਿ ਇੱਕੋ ਇੱਕ ਇਹੀ ਨੰਬਰ ਨੇ ਜੋ ਕਿ ਤੁਹਾਡੀ ਹਰ ਬਿਮਾਰੀ ਦਾ ਇਲਾਜ ਜਿਹੜਾ ਉਹ ਕਰ ਸਕਦੇ ਨੇ। ਇਹਨਾਂ ਨੰਬਰ ਤੋਂ ਤੁਸੀਂ ਦਵਾਈਆਂ ਆਰਡਰ ਵੀ ਕਰ ਸਕਦੇ ਹੋ, ਆਪਣੀਆਂ ਰਿਪੋਰਟਸ ਜਿਹੜੀਆਂ ਸੈਂਡ ਕਰ ਸਕਦੇ ਹੋ। ਅਦਰਵਾਈਜ਼ ਐਂਟੀ ਕੇਅਰ ਦੀ ਐਪ ਹੈਗੀ ਹੈ ਜੀ, ਗੂਗਲ ਪਲੇ ਸਟੋਰ 'ਤੇ ਜਾ ਕੇ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ। ਸੋ ਰਿਪੋਰਟਸ ਉੱਥੇ ਸੈਂਡ ਕਰ ਸਕਦੇ ਹੋ, ਕਿਉਂਕਿ ਜੇਕਰ ਬਾਈ ਚਾਂਸ ਤੁਸੀਂ USA ਦੇ ਵਿੱਚ ਨਹੀਂ ਹੈਗੇ, ਸੈਂਟਰਸ ਦੇ ਵਿੱਚ ਵਿਜ਼ਿਟ ਨਹੀਂ ਕਰ ਸਕਦੇ, ਅਦਰਵਾਈਜ਼ ਸੈਂਟਰਸ ਅਵੇਲੇਬਲ ਹੈਗੇ ਨੇ USA ਦੇ ਵਿੱਚ, ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਡਾਕਟਰ ਨਵਦੀਪ ਸ਼ਰਮਾ ਜੀ ਖੁਦ 15 ਅਗਸਤ ਤੋਂ ਬਾਅਦ ਅਵੇਲੇਬਲ ਹੋਣਗੇ ਉੱਥੇ, ਉਹਨਾਂ ਨੂੰ ਮਿਲ ਵੀ ਸਕਦੇ ਹੋ, ਪਰ ਉਹਦੇ ਲਈ ਅਪੁਆਇੰਟਮੈਂਟ ਪਹਿਲਾਂ ਫਿਕਸ ਕਰਨੀਆਂ ਹੋਣਗੀਆਂ। ਸੋ ਜੀ ਵੈਲਕਮ ਕਰ ਲੈਂਦੇ ਹਾਂ, ਅਤੇ ਅੱਜ ਜਿਹੜੀ ਮੇਨ ਬਿਮਾਰੀ ਬਾਰੇ ਅਸੀਂ ਡਿਸਕਸ ਕਰਾਂਗੇ ਉਹ ਹੋਏਗੀ ITP। ਸੋ ਕੀ ਬਿਮਾਰੀ ਹੈਗੀ ਆ, ਕਿੱਦਾਂ ਇਹਦੀ ਰੋਕਥਾਮ ਕੀਤੀ ਜਾ ਸਕਦੀ ਹੈ, ਕੀ ਟ੍ਰੀਟਮੈਂਟ ਰਹੇਗਾ, ਕੀ ਸਾਇੰਸ ਹੋਣਗੇ, ਸਾਰੀ ਡਿਸਕਸ਼ਨ ਕਰਾਂਗੇ ਉਹਨਾਂ ਦੇ ਨਾਲ। ਵੈਲਕਮ ਕਰ ਲੈਂਦੇ ਹਾਂ ਜੀ, ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ITP ਦੀ ਹੁਣ ਜੇਕਰ ਗੱਲ ਕਰੀਏ, ਪਲੇਟਲੈਟਸ ਘਟਣੇ ਸ਼ੁਰੂ ਹੋ ਜਾਂਦੇ ਨੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹੈਗੇ ਆ, ਸੋ ਪ੍ਰੋਪਰ ਹੈ ਕੀ ਬਿਮਾਰੀ, ਇਹ ਕੀ ਹੈਗੀ ਆ? ਦੇਖੋ, ITP ਜਿਹਨੂੰ ਕਿ ਆਪਾਂ ਕਹਿੰਦੇ ਹਾਂ ਇਡੀਓਪੈਥਿਕ ਥ੍ਰੋਮਬੋਸਾਈਟੋਪੀਨੀਆ, ਓਕੇ, ਟੈਕਨੀਕਲ ਨੇਮ ਹੈ, ਅਨਕੋਮਨ ਨੇਮ ਹੈ, ਬਟ ਬਿਮਾਰੀ ਅਨਕੋਮਨ ਨਹੀਂ ਹੈ, ਬੜੀ ਹੀ ਤੇਜ਼ੀ ਨਾਲ ਵੱਧ ਰਹੀ ਬਿਮਾਰੀ ਹੈ। ਓਕੇ, ਐਕਚੁਅਲੀ ਦੇਖੋ, ਪਲੇਟਲੈਟ ਸਾਡੀ ਬੋਡੀ 'ਚ ਉਹ ਸੈਲਸ ਨੇ ਜਿਹੜੇ ਕਲੋਟਿੰਗ ਦੇ ਕੰਮ ਆਉਂਦੇ ਨੇ। ਕੁਦਰਤ ਨੇ ਇਨਸਾਨ ਨੂੰ ਪਲੇਟਲੈਟ ਇਸ ਕਰਕੇ ਦਿੱਤੇ ਕਿ ਮੰਨ ਲਓ ਸੱਟ ਲੱਗ ਗਈ, ਖੂਨ ਨਿਕਲਣਾ ਸ਼ੁਰੂ ਹੋ ਗਿਆ, ਥੋੜ੍ਹੀ ਦੇਰ ਬਾਅਦ ਉਹ ਖੂਨ ਦਾ ਰੁਕਣਾ ਜ਼ਰੂਰੀ ਹੈ। ਉਹ ਪਲੇਟਲੈਟਸ ਨੇ ਜਿਹੜੇ ਖੂਨ ਦੀ ਕਲੋਟਿੰਗ ਕਰਵਾਉਂਦੇ ਨੇ। ਅਗਰ ਪਲੇਟਲੈਟ ਵੱਧ ਜਾਣਗੇ ਤਾਂ ਕਲੋਟਿੰਗ ਵੱਧ ਜਾਏਗੀ, ਔਰ ਕਲੋਟਿੰਗ ਵਧਣ ਨਾਲ ਕੀ ਹੋਏਗਾ, ਸਟ੍ਰੋਕ ਹੋ ਸਕਦਾ ਜੀ, ਬ੍ਰੇਨ 'ਚ ਕਲੋਟ ਆ ਸਕਦਾ ਵਾ, ਬੜੀ ਪ੍ਰੋਬਲਮਸ ਆ ਸਕਦੀਆਂ ਨੇ। ਬਟ ਅਗਰ ਪਲੇਟਲੈਟ ਘੱਟ ਜਾਣਗੇ ਤਾਂ ਕਲੋਟਿੰਗ ਘੱਟ ਜਾਏਗੀ, ਬਲੀਡਿੰਗ ਦੇ ਚਾਂਸਿਸ ਵੱਧ ਜਾਣਗੇ, ਇੰਟਰਨਲ ਬਲੀਡਿੰਗ ਹੋ ਜਾਏਗੀ, ਮਸੂੜਿਆਂ 'ਚੋਂ ਖੂਨ ਆ ਸਕਦਾ ਵੈ, ਸਟੂਲ ਦੇ ਅੰਦਰ ਬਲੱਡ ਆ ਸਕਦਾ ਵੈ, ਬੰਦੇ ਦੀ ਲਾਈਫ ਵੀ ਜਾ ਸਕਦੀ ਹੈ। ਬਹੁਤ ਹੀ ਡੇਂਜਰਸ ਡਿਜ਼ੀਜ਼ ਹੈ ITP, ਔਰ ਅੱਜ ਦੇ ਸਮੇਂ 'ਚ ਬੜਾ ਵੱਧ ਰਿਹਾ ਵੈ। ਦੇਖੋ, ਵੈਸੇ ਤਾਂ ਪਲੇਟਲੈਟ ਕਈ ਰੋਗਾਂ 'ਚ ਘੱਟਦੇ ਨੇ, ਆਪਾਂ ਤੁਸੀਂ ਦੇਖਿਆ ਆਮ ਅੱਜ ਕੱਲ੍ਹ ਡੇਂਗੂ ਬੜਾ ਕਾਮਨ ਹੈ, ਬਿਲਕੁਲ, ਮੱਛਰ ਨੇ ਕੱਟਿਆ, ਡੇਂਗੂ ਹੋ ਗਿਆ, ਪਲੇਟਲੈਟ ਘਟਣੇ ਸ਼ੁਰੂ ਹੋ ਗਏ, ਬੜੀ ਕਾਮਨ ਡਿਜ਼ੀਜ਼ ਹੈ। ਆਲਮੋਸਟ ਆਪਾਂ ਸੁਣਦੇ ਆ ਕਿ ਸੈੱਲ ਘਟ ਗਏ, ਬਿਲਕੁਲ ਜੀ ਬਿਲਕੁਲ, ਜਿਹਨੂੰ ਆਮ ਆਪਾਂ ਕਹਿ ਦਈਦਾ ਜੀ ਕਿ ਸੈੱਲ ਘਟ ਗਏ ਨੇ, ਬਟ ਹੁਣ ਜਦੋਂ ਡੇਂਗੂ ਹੁੰਦਾ ਵੈ, ਉਸ ਤੋਂ ਬਾਅਦ ਚੋਂ ਕੁਝ ਦਿਨਾਂ ਬਾਅਦ ਆਪੇ ਵਧਣੇ ਵੀ ਸ਼ੁਰੂ ਹੋ ਜਾਂਦੇ ਨੇ ਪਲੇਟਲੈਟ, ਟੈਂਪਰੇਰੀ ਹੈ ਉਹ ਚੀਜ਼। ਅਗਰ ਪਲੇਟਲੈਟ ਚੜਾਣੇ ਵੀ ਪੈਣਗੇ, ਇੱਕ ਵਾਰੀ ਦੋ ਵਾਰੀ ਚੜਾਣੇ ਪੈਣਗੇ, ਉਸ ਤੋਂ ਬਾਅਦ ਜਿਹੜਾ ਪੇਸ਼ੈਂਟ ਹੈ ਉਹ ਆਪਣੇ ਆਪ ਠੀਕ ਹੋ ਜਾਂਦਾ ਵੈ, ਉਹ ਇੰਨਾ ਰਿਸਕੀ ਨਹੀਂ ਹੈ। ਬਟ ITP 'ਚ ਉਹੀ ਚੀਜ਼ ਪਰਮਾਨੈਂਟਲੀ ਹੋ ਜਾਂਦੀ ਹੈ ਜੀ। ਓਕੇ, ਹੁਣ ITP ਦੀ ਜਦੋਂ ਗੱਲ ਕਰ ਰਹੇ ਹਾਂ ਤੇ ਸੈੱਲ ਟੈਂਪਰੇਰੀ ਨਹੀਂ ਘਟ ਰਹੇ, ਉਹ ਪਰਮਾਨੈਂਟ ਤੌਰ ਤੇ ਘਟ ਰਹੇ ਨੇ, ਕਿਉਂਕਿ ਜਿਹੜੀ ਸਾਡੀ ਬੋਨ ਮੈਰੋ ਹੈ, ਜਿਹੜਾ ਸਾਡਾ ਸਪਲੀਨ ਹੈ, ਇਹਦੇ 'ਚ ਸਪਲੀਨ ਇਨਲਾਰਜ ਹੋ ਜਾਂਦਾ ਵਾ ਸਾਡਾ ਬੜਾ ਜ਼ਿਆਦਾ, ਪ੍ਰੋਪਰ ਪ੍ਰੋਡਕਸ਼ਨ ਹੀ ਨਹੀਂ ਹੋ ਰਹੀ ਹੈ ਜੀ ਪਲੇਟਲੈਟਸ ਦੀ। ਓਕੇ, ਇਹਦੇ ਵਿੱਚ ਪੇਸ਼ੈਂਟਸ ਨੂੰ ਐਲੋਪੈਥਿਕਲੀ ਸਟੀਰੋਇਡਸ ਖਾਣ ਨੂੰ ਦਿੱਤੇ ਜਾਂਦੇ ਨੇ, ਹੋਰ ਕੋਈ ਟ੍ਰੀਟਮੈਂਟ ਨਹੀਂ ਹੈ ਜੀ ਉਹਨਾਂ ਦੇ ਕੋਲ ਇਹਦਾ, ਔਰ ਐਡਵਾਂਸ ਸਟੇਜਿਸ 'ਚ ਸਪਲੀਨ ਨੂੰ ਨਿਕਲਵਾਉਣਾ ਪੈਂਦਾ ਵਾ। ਸਪਲੀਨ ਜਿਹੜਾ ਕਿ ਇੰਨਾ ਮੇਜਰ ਔਰਗਨ ਹੈ ਸਾਡੀ ਬੋਡੀ ਦਾ, ਸਪਲੀਨ ਨੂੰ ਸਰਜਰੀ ਨਾਲ ਰਿਮੂਵ ਕਰਵਾਉਣਾ ਪੈਂਦਾ ਵਾ, ਔਰ ਰਿਮੂਵ ਕਰਵਾਉਣ ਤੋਂ ਬਾਅਦ ਵੀ ਜੀ ਕੋਈ ਮੇਜਰ ਹੱਲ ਨਹੀਂ ਹੈ। ਇਸ ਲਈ ਇਸ ਰੋਗ ਨੂੰ ਜਾਣਨਾ, ਇਹ ਰੋਗ ਕਿਉਂ ਹੋ ਰਿਹਾ ਵੈ, ਆਪਾਂ ਘਰੇਲੂ ਤੌਰ 'ਤੇ ਕਿਸ ਤਰ੍ਹਾਂ ਬਚ ਸਕਦੇ ਹਾਂ, ਔਰ ਐਡਵਾਂਸ ਸਟੇਜਿਸ 'ਚ ਆਯੁਰਵੇਦ 'ਚ ਕੀ ਕਰ ਸਕਦੇ ਹਾਂ, ਤਿੰਨੋਂ ਚੀਜ਼ਾਂ ਜਾਣਨੀਆਂ ਬਹੁਤ ਹੀ ਜ਼ਰੂਰੀ ਨੇ। ਹੁਣ ਸਭ ਤੋਂ ਪਹਿਲੇ ਇਹ ਰੋਗ ਹੋ ਕਿਉਂ ਰਿਹਾ ਵੈ, ਮੈਂ ਅੱਗੇ ਵੀ ਪ੍ਰੋਗਰਾਮ 'ਚ ਦੱਸਦਾ ਵਾਂ, ਆਮ ਇਨਡਾਈਜੈਸ਼ਨ ਕਰਕੇ ਸੈਮੀ ਡਾਈਜੈਸਟਿਡ ਫੋਰਮੈਟ 'ਚ ਜਿਹੜਾ ਫੂਡ ਸਾਡੀ ਬੋਡੀ 'ਚ ਐਬਜ਼ੋਰਬ ਹੋ ਰਿਹਾ ਵੈ, ਉਹਦੇ ਕਰਕੇ ਬਹੁਤ ਸਾਰੇ ਰੋਗ ਹੁੰਦੇ ਨੇ, ਆਟੋ ਇਮਿਊਨ ਡਿਸਆਰਡਰਸ ਖਾਸ ਕਰਕੇ ਉਹਦੇ ਕਰਕੇ ਹੁੰਦੇ ਨੇ। ਇਸ ਰੋਗ ਅੰਦਰ ਵੀ ਕੀ ਹੁੰਦਾ ਵੈ ਕਿ ਜਿਹੜਾ ਸਾਡਾ ਇਮਿਊਨ ਸਿਸਟਮ ਹੈ, ਜਿਹਦਾ ਕੰਮ ਹੈ ਬਾਹਰੋਂ ਆਉਣ ਵਾਲੀ ਇਨਫੈਕਸ਼ਨ ਦੇ ਨਾਲ ਫਾਈਟ ਕਰਨਾ, ਉਹ ਕਿਤੇ ਨਾ ਕਿਤੇ ਫਾਈਟ ਕਰਨਾ ਸ਼ੁਰੂ ਕਰ ਦਿੰਦਾ ਜੀ ਆਪਣੇ ਪਲੇਟਲੈਟਸ ਦੇ ਨਾਲ, ਉਹਨਾਂ ਨੂੰ ਆਪਣਾ ਵੈਰੀ ਸਮਝ ਲੈਂਦਾ ਵੈ, ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਵੈ। ਆਯੁਰਵੇਦ ਦੇ ਹਿਸਾਬ ਨਾਲ ਚੱਲੀਏ, ਇਹਨੂੰ ਰੰਜਕ ਪਿੱਤ ਦੀ ਦੁਸ਼ਟੀ ਕਹਿੰਦੇ ਆ। ਆਯੁਰਵੇਦ 'ਚ 5 ਪ੍ਰਕਾਰ ਦੇ ਪਿੱਤ ਮੰਨੇ ਗਏ ਨੇ, ਜਿਹਦੇ 'ਚ ਇਹ ਮੰਨਿਆ ਜਾਂਦਾ ਵੈ ਕਿ ਯਤੂ ਯਕ੍ਰਿਤ ਪਲੀਹਨੋ ਪਿੱਤਮ ਤਸਮਿਨ ਰੰਜਕੋ, ਉਹ ਪਿੱਤ ਜਿਹੜੀ ਕਿ ਲਿਵਰ ਅਤੇ ਸਪਲੀਨ ਦੇ ਅੰਦਰ ਹੈ ਉਹਨੂੰ ਰੰਜਕ ਪਿੱਤ ਕਿਹਾ ਜਾਂਦਾ ਵੈ, ਉਹਦੀ ਦੁਸ਼ਟੀ ਦੇ ਨਾਲ ਇਹ ਰੋਗ ਜਿਹੜਾ ਵੈ ਹੁੰਦਾ ਵੈ। ਔਰ ਇਹੀ ਕਾਰਨ ਹੈ ਕਿ ਜਦੋਂ ਕਿਸੇ ਨੂੰ ITP ਹੋ ਜਾਂਦਾ ਵੈ, ਸਲੋਲੀ ਐਂਡ ਗ੍ਰੈਜੂਅਲੀ ਉਹਦੇ ਸਪਲੀਨ ਦਾ ਸਾਈਜ਼ ਵਧਣਾ ਸ਼ੁਰੂ ਹੋ ਜਾਂਦਾ ਵੈ। ਸਪਲੀਨ ਇੱਕ ਐਸਾ ਔਰਗਨ ਹੈ
ਜਿਹੜਾ ਬੜਾ ਫਰੇਗਾਈਲ ਹੁੰਦਾ ਜੀ, ਕੱਚ ਵਰਗਾ, ਜਿਸ ਤਰ੍ਹਾਂ ਕੱਚ ਨੂੰ ਅਗਰ ਸੱਟ ਵੱਜੇਗੀ ਤਾਂ ਕੱਚ ਟੁੱਟ ਜਾਏਗਾ। ਐਸੇ ਤਰੀਕੇ ਨਾਲ ਸਪਲੀਨ ਸਾਡੀ ਬੋਡੀ 'ਚ ਇੱਕ ਬੜਾ ਡੈਲੀਕੇਟ ਔਰਗਨ ਹੈ, ਅਗਰ ਇਹਦਾ ਸਾਈਜ਼ ਵੱਧ ਜਾਵੇ ਮਾੜੀ ਜਿਹੀ ਸੱਟ ਦੇ ਨਾਲ ਵੀ ਸਪਲੀਨ ਰਪਚਰ ਕਰ ਸਕਦਾ ਵਾ ਅਤੇ ਲਾਈਫ ਥਰੈਟਨਿੰਗ ਹੋ ਸਕਦਾ ਵਾ। ਐਸੇ ਕਰਕੇ ITP ਇੱਕ ਬੜਾ ਹੀ ਸੀਰੀਅਸਲੀ ਲੈਣ ਵਾਲਾ ਰੋਗ ਹੈ, ਔਰ ਜਦੋਂ ਸਪਲੀਨ ਦਾ ਸਾਈਜ਼ ਵੱਧ ਜਾਂਦਾ ਵਾ ਫਿਰ ਉਹਨੂੰ ਰਿਮੂਵ ਕਰਤਾ ਜਾਂਦਾ ਵਾ। ਜਿਸ ਤਰ੍ਹਾਂ ਕਿ ਮੈਂ ਦੱਸਿਆ ਐਲੋਪੈਥੀ ਦੇ ਅੰਦਰ ਇਸ ਕੇਸ 'ਚ ਪੇਸ਼ੈਂਟ ਨੂੰ ਕੁਝ ਟੋਨਿਕਸ ਦਿੱਤੇ ਜਾਂਦੇ ਨੇ, ਕੁਝ ਸਟੀਰੋਇਡ ਦਿੱਤੇ ਜਾਂਦੇ ਨੇ, ਔਰ ਐਡਵਾਂਸ ਸਟੇਜ ਦੇ ਅੰਦਰ ਜਿਹੜਾ ਵਾ ਉਹਦਾ ਸਪਲੀਨ ਰਿਮੂਵ ਕਰਤਾ ਜਾਂਦਾ ਵਾ। ਓਕੇ, ਬਟ ਕਿਸੇ ਵੀ ਚੀਜ਼ ਦੇ ਨਾਲ ਕੋਈ ਰਿਜ਼ਲਟਸ ਨਹੀਂ ਮਿਲ ਰਹੇ ਹੁੰਦੇ, ਪੇਸ਼ੈਂਟ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ ਪਲੇਟਲੈਟ ਚੜ੍ਹਾਉਣੇ ਪੈਣਗੇ, ਇਹਦਾ ਕੋਈ ਪੱਕਾ ਇਲਾਜ ਐਲੋਪੈਥੀ 'ਚ ਸੰਭਵ ਨਹੀਂ ਹੈ। ਐਸੇ ਕਰਕੇ ਇਸ ਰੋਗ ਨੂੰ ਸਮੇਂ ਸਿਰ ਫੜ ਲੈਣਾ ਤੇ ਅੱਗੇ ਆਯੁਰਵੈਦਿਕ ਟ੍ਰੀਟਮੈਂਟ ਵੱਲ ਲਿਆਉਣਾ ਬਹੁਤ ਜ਼ਰੂਰੀ ਹੋ ਜਾਂਦਾ ਜੀ। ਜੀ, ਅਤੇ ਜਿਵੇਂ ਤੁਸੀਂ ਦੱਸਿਆ ਕਿ ਸਮੇਂ ਸਿਰ ਹੀ ਆਪਾਂ ਫੜ ਲਈਏ, ਪਰ ਸਟਾਰਟ ਦੇ ਵਿੱਚ ਪਤਾ ਕਿੱਦਾਂ ਲੱਗੇਗਾ? ਕਿਉਂਕਿ ਬਿਮਾਰੀ ਜਦੋਂ ਬਿਲਕੁਲ ਹੀ ਵੱਧ ਜਾਂਦੀ ਉਦੋਂ ਪਤਾ ਲੱਗਦਾ, ਪਰ ਸਟਾਰਟਿੰਗ ਦੇ ਵਿੱਚ ਫੜਿਆ ਜਾ ਸਕਦਾ ਇਸ ਰੋਗ ਨੂੰ? ਬਿਲਕੁਲ ਜੀ, ਫੜਿਆ ਜਾ ਸਕਦਾ ਇਸ ਰੋਗ 'ਚ ਜਿਹੜਾ ਪੇਸ਼ੈਂਟ ਹੈ ਉਹਨੂੰ ਇੱਕ ਬਿਨਾਂ ਕਿਸੇ ਕਾਰਨ ਤੋਂ ਹੋਣ ਵਾਲੀ ਵੀਕਨੈਸ, ਕਿਤੇ ਵੀ ਨਹੀਂ ਉਹਨੂੰ ਪਤਾ, ਰੀਜ਼ਨ ਨਹੀਂ ਪਤਾ ਚੱਲੇਗਾ, ਬਟ ਉਹ ਵੀਕ ਫੀਲ ਕਰਿਆ ਕਰੇਗਾ, ਔਰ ਰੋਜ਼ ਸਰੀਰ ਦਾ ਟੁੱਟਣਾ, ਸਵੈਲਿੰਗ ਰਹਿ ਸਕਦੀ ਹੈ ਜੀ ਹਲਕੀ ITP ਦੇ ਅੰਦਰ, ਮੂੰਹ 'ਚ ਛਾਲੇ ਹੋ ਸਕਦੇ ਨੇ ਬਿਨਾਂ ਕਾਰਨ ਤੋਂ ITP ਦੇ ਅੰਦਰ, ਵਾਲਾਂ ਦਾ ਝੜਨਾ ਵੀ ਇਹਦਾ ਇੱਕ ਲੱਛਣ ਹੈ, ਇਹ ਕਾਮਨ ਸਾਈਨਸ ਨੇ। ਔਰ ਜਦੋਂ ਬੰਦਾ ਆਪਣਾ ਬਲੱਡ ਕਾਊਂਟ ਕਰਾਏਗਾ, ਉਹਨੂੰ ਕਹਿੰਦੇ ਨੇ CBC ਕੰਪਲੀਟ ਬਲੱਡ ਕਾਊਂਟ, ਆਪਾਂ ਸਾਰੇ ਲੋਕ ਆਪਣੇ HP ਵਾਸਤੇ ਬੜੇ ਸੁਚੇਤ ਹਾਂ ਅੱਜ, ਸਾਨੂੰ ਪਤਾ ਇੱਕ ਹੀਮੋਗਲੋਬਿਨ ਹੁੰਦਾ ਵਾ ਔਰ ਉਸ ਹੀਮੋਗਲੋਬਿਨ ਦਾ ਲੈਵਲ ਪੂਰਾ ਹੋਣਾ ਚਾਹੀਦਾ ਵਾ। ਚਲੋ ਇੱਕ ਅੱਛੀ ਗੱਲ ਹੈ, ਆਪਣੇ ਹੀਮੋਗਲੋਬਿਨ ਦੇ ਬਾਰੇ ਜਾਗਰੂਕ ਰਹਿਣਾ, ਆਪਾਂ ਆਇਰਨ ਖਾਂਦੇ ਹਾਂ ਆਪਣਾ ਹੀਮੋਗਲੋਬਿਨ ਪੂਰਾ ਕਰ ਲੈਂਦੇ ਹਾਂ, ਲੇਕਿਨ ਹੀਮੋਗਲੋਬਿਨ ਸਾਡੇ ਬਲੱਡ ਦੀ ਇੱਕ ਚੀਜ਼ ਹੈ, ਹੋਰ ਵੀ ਬਹੁਤ ਸਾਰੀ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਸਾਡੇ ਬਲੱਡ 'ਚ ਹੁੰਦੀਆਂ ਨੇ, ਜਿਹਨਾਂ 'ਚੋਂ ਇੱਕ ਪਲੇਟਲੈਟਸ ਨੇ। ਕੋਸ਼ਿਸ਼ ਕਰੋ ਜਦੋਂ ਵੀ ਕਾਊਂਟ ਕਰਵਾਓ CBC ਕਰਵਾਓ, ਕੰਪਲੀਟ ਬਲੱਡ ਕਾਊਂਟ, ਤਾਂ ਕਿ ਉਹਦੇ 'ਚ ਤੁਹਾਡੇ ਬਾਕੀ ਦੇ ਸੈਲਸ ਦਾ ਵੀ ਕਾਊਂਟ ਦਿੱਤਾ ਜਾ ਸਕੇ। ਜਦੋਂ ਇੱਕ ITP ਦਾ ਪੇਸ਼ੈਂਟ ਜਿਹੜਾ ਵਾ ਆਪਣਾ CBC ਕਰਵਾਏਗਾ ਤਾਂ ਉਹ ਦੇਖੇਗਾ ਜਿਹੜੇ ਉਹਦੇ ਪਲੇਟਲੈਟ ਕਾਊਂਟ ਨੇ ਉਹ ਬੜੀ ਵਾਰੀ ਲੱਖ ਤੋਂ ਵੀ ਥੱਲੇ ਆ ਗਏ ਹੋਣਗੇ। ਨੋਰਮਲ ਕਾਊਂਟ 2 ਲੈਕਸ ਤੋਂ ਉੱਪਰ ਹੋਵੇ ਤਾਂ ਵਧੀਆ ਮੰਨਿਆ ਜਾਂਦਾ ਵਾ, ਬਟ ਐਸੇ ਮਰੀਜ਼ ਦੇ 1 ਲੱਖ ਤੋਂ ਵੀ ਘੱਟ ਜਾਣਗੇ, ਉਹ ਕਈ ਕੇਸਿਸ 'ਚ ਤਾਂ 30,000-40,000 ਹੀ ਰਹਿ ਜਾਂਦੇ ਨੇ। ਅਗਰ ਇਹ ਅਕਾਊਂਟ 30,000-20,000 ਤੱਕ ਆ ਗਿਆ ਵਾ ਤਾਂ ਬੜੀ ਵਾਰੀ ਇੰਨਾ ਰਿਸਕੀ ਹੋ ਜਾਂਦਾ ਵਾ ਕਿ ਜਿਹੜਾ ਪੇਸ਼ੈਂਟ ਹੈ ਉਹਨੂੰ ਪਲੇਟਲੈਟ ਚੜ੍ਹਾਉਣੇ ਪੈਂਦੇ ਨੇ। ਐਕਸਟ੍ਰੀਮ ਕੇਸਿਸ 'ਚ ਜਦੋਂ ਪਲੇਟਲੈਟ ਕਾਊਂਟ ਬਹੁਤ ਘੱਟ ਗਿਆ ਵਾ ਤਾਂ ਬੋਡੀ 'ਚ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਬੰਦੇ ਦੇ ਮਸੂੜੇ 'ਚੋਂ ਰੈਗੂਲਰਲੀ ਖੂਨ ਨਿਕਲੇਗਾ, ਥੁੱਕ 'ਚ ਖੂਨ ਆ ਜਾਏਗਾ, ਜਦਕਿ ਉਹਦੇ ਦੰਦਾਂ 'ਚ ਕੋਈ ਪ੍ਰੋਬਲਮ ਨਹੀਂ ਹੋਏਗੀ, ਔਰ ਬੜੀ ਵਾਰੀ ਬੰਦਾ ਦੰਦਾਂ ਦੇ ਡਾਕਟਰ ਕੋਲ ਚਲੇ ਜਾਏਗਾ ਉਹਦੇ ਵਾਸਤੇ। ਸਟੂਲ 'ਚ ਖੂਨ ਆ ਸਕਦਾ ਜੀ, ਫਰੈਸ਼ ਬਲੱਡ ਆ ਸਕਦਾ ਸਟੂਲ ਦੇ ਅੰਦਰ, ਨੱਕ 'ਚੋਂ ਖੂਨ ਨਿਕਲ ਸਕਦਾ ਵਾ। ਬਲੀਡਿੰਗ ਬੜਾ ਇੱਕ ਕਾਮਨ ਸਾਈਨ ਹੈ ITP ਦਾ, ਅਤੇ ਅਗਰ ਇਹ ਲੱਗੇ ਕਿ ਐਸੇ ਸਾਈਨਸ ਆ ਰਹੇ ਨੇ, ਇਮੀਡੀਏਟਲੀ ਆਪਣਾ CBC ਕਰਵਾਓ, ਹਰ 10 ਦਿਨ ਦੇ ਗੈਪ 'ਤੇ CBC ਕਰਵਾਓ। ਅਗਰ ਤੁਸੀਂ ਲਗਾਤਾਰ 3 ਟੈਸਟ ਕਰਵਾ ਲਏ ਨੇ CBC ਦੇ 10-10 ਦਿਨ ਦੇ ਗੈਪ 'ਤੇ, ਔਰ ਤੁਸੀਂ ਦੇਖ ਰਹੇ ਹੋ ਕਿ ਪਲੇਟਲੈਟ ਕਾਊਂਟ ਨਹੀਂ ਵੱਧ ਰਿਹਾ ਵਾ, ITP ਹੋ ਸਕਦਾ ਵਾ, ਉਹਨੂੰ ਫਿਰ ਪੂਰਾ ਸੀਰੀਅਸਲੀ ਲਓ। ਬਿਲਕੁਲ ਜੀ, ਸੋ ਛੋਟੇ ਛੋਟੇ ਸਾਈਨਸ ਨੇ ਜਿਹਨਾਂ ਨੂੰ ਤੁਸੀਂ ਹਮੇਸ਼ਾ ਹੀ ਇਗਨੋਰ ਕਰ ਦਿੰਦੇ ਹੈਗੇ ਆ, ਵੀਕਨੈਸ ਆ ਰਹੀ ਆ ਔਰ ਸਾਨੂੰ ਲੱਗਦਾ ਹੈਗਾ ਕਿ ਵੈਸੇ ਵੀਕਨੈਸ ਹੈਗੀ ਆ, ਪਰ ਪ੍ਰੋਪਰ ਜਿਹੜੀ ਜੜ੍ਹ ਤੋਂ ਕਈ ਵਾਰੀ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਦਾ ਅਸੀਂ ਟ੍ਰੀਟਮੈਂਟ ਕਰਵਾਉਣ ਲੱਗ ਪੈਂਦੇ, ਪਰ ਜੋ ਬਿਮਾਰੀ ਜੜ੍ਹ ਤੋਂ ਹੁੰਦੀ ਅੰਦਰੋਂ ਅੰਦਰ ਉਹ ਸਾਨੂੰ ਪਤਾ ਨਹੀਂ ਲੱਗਦਾ ਹੈਗਾ। ਸੋ ਕੋਈ ਵੀ ਇਸ਼ੂ ਆਵੇ ਇੱਕ ਵਾਰ ਆਪਣਾ ਹੈਲਥ ਚੈੱਕਅਪ ਜਿਹੜਾ ਹੈਗਾ, ਮੇਰੇ ਖਿਆਲ 'ਚ ਵੈਸੇ ਹੀ 6-6 ਮਹੀਨੇ ਬਾਅਦ ਆਪਣਾ ਫੁੱਲ ਬਾਡੀ ਚੈੱਕਅਪ ਜਿਹੜਾ ਉਹ ਕਰਵਾ ਲੈਣਾ ਚਾਹੀਦਾ ਕਿ ਕੋਈ ਇੱਦਾਂ ਦੀ ਪ੍ਰੋਬਲਮ ਨਾ ਤੁਹਾਨੂੰ ਹੋਵੇ। ਸੋ ਸਰ, ਜਿਵੇਂ ਤੁਸੀਂ ਦੱਸਿਆ ਐਲੋਪੈਥੀ ਦੇ ਵਿੱਚ ਕੋਈ ਵੀ ਪਰਮਾਨੈਂਟ ਸੋਲਿਊਸ਼ਨ ਨਹੀਂ ਹੈਗਾ, ਪਰ ਆਯੁਰਵੇਦ ਦੇ ਵਿੱਚ ਹੈ? ਬਿਲਕੁਲ, ਦੇਖੋ, ਪਰ ਅਗਰ ਮੈਂ ਅੱਜ ਕਹਾਂ ਕਿ ਸਾਰੇ ITP ਦੇ ਪੇਸ਼ੈਂਟਸ ਠੀਕ ਹੋ ਸਕਦੇ ਨੇ, ਓਕੇ, ਗਲਤ ਹੈ। ਔਰ ਮੈਂ ਕਹਾਂ ITP ਲਾ ਇਲਾਜ ਹੈ, ਉਹ ਵੀ ਗਲਤ ਹੈ। ਓਕੇ, ਬਹੁਤ ਸਾਰੇ ITP ਦੇ ਪੇਸ਼ੈਂਟਸ ਕੁਛ ਹੱਦ ਤੱਕ ਠੀਕ ਹੋ ਸਕਦੇ ਹੁੰਦੇ ਨੇ, ਤੇ ਬਹੁਤ ਸਾਰੇ ਖੁਸ਼ਕਿਸਮਤ ਪੇਸ਼ੈਂਟ ਐਸੇ ਵੀ ਹੁੰਦੇ ਨੇ ਜਿਹੜੇ ਪੂਰੇ ਠੀਕ ਹੋ ਸਕਦੇ ਨੇ। ਇਲਾਜ ਦੇ ਨਾਲ ਜਿਹੜਾ ਆਊਟਕਮ ਆਫ ਟ੍ਰੀਟਮੈਂਟ ਹੈ ਉਹ ਪਰਸਨ ਟੂ ਪਰਸਨ ਵੇਰੀ ਕਰਦਾ ਵਾ, ਲੇਕਿਨ ਜਿਹੜੀ ਚੰਗੀ ਗੱਲ ਹੈ ਉਹ ਹੈ ਵਾ ਕਿ ਰਿਜ਼ਲਟਸ ਜਲਦੀ ਆਉਣੇ ਸ਼ੁਰੂ ਹੋ ਜਾਂਦੇ ਨੇ। ਅੱਜ ਅਗਰ ਇੱਕ ਪੇਸ਼ੈਂਟ ਦਾ ਆਯੁਰਵੈਦਿਕ ਮੈਡੀਸਿਨਸ ਦੇ ਨਾਲ ਜਾਂ ਆਯੁਰਵੈਦਿਕ ਇਨਡੋਰ ਪੰਚਕਰਮਾ ਥੈਰੇਪੀਜ਼ ਦੇ ਨਾਲ ITP ਦਾ ਟ੍ਰੀਟਮੈਂਟ ਕੀਤਾ ਜਾਂਦਾ ਵਾ, ਜਿਹੜੀ ਸਭ ਤੋਂ ਚੰਗੀ ਗੱਲ ਹੈ ਉਹ ਹੈ ਵਾ ਕਿ ਰਿਜ਼ਲਟਸ 'ਚ ਗ੍ਰੈਜੂਅਲ ਇੰਪਰੂਵਮੈਂਟ ਇਨ ਪਲੇਟਲੈਟ ਕਾਊਂਟ ਦੇਖਣ ਨੂੰ ਮਿਲਦੀ ਹੈ। ਕਿਸੇ ਮਹੀਨੇ 'ਚ ਮਾੜੇ ਜਿਹੇ ਘੱਟ ਵੀ ਸਕਦੇ ਨੇ, ਲੇਕਿਨ ਗ੍ਰੈਜੂਅਲੀ ਇਹ ਵੱਧਦੇ ਚਲੇ ਜਾਂਦੇ ਨੇ। ਇਹਦਾ ਮਤਲਬ ਹੈ ਕਿ ਪੇਸ਼ੈਂਟ ਨੂੰ ਇਹ ਨਹੀਂ ਹੈ ਕਿ ਵੀ ਉਹਨੂੰ 6 ਮਹੀਨੇ ਸਾਲ ਪਤਾ ਹੀ ਨਾ ਲੱਗੇ ਕਿ ਮੈਂ ਦਵਾਈ ਖਾ ਕਿਉਂ ਰਿਹਾ ਵਾਂ, ਉਹਨੂੰ ਰਿਕਵਰੀ ਨਜ਼ਰ ਆਉਂਦੀ ਹੈ, ਸਾਇੰਸ ਵੀ ਇੰਪਰੂਵ ਕਰਦੇ ਨੇ ਪਲੱਸ ਪਲੇਟਲੈਟ ਕਾਊਂਟ ਵੀ ਇੰਪਰੂਵ ਕਰਦਾ ਚਲਾ ਜਾਂਦਾ। ਔਰ ਦਾ ਕਾਰਨ ਕੀ ਹੈ, ਆਯੁਰਵੇਦ 'ਚ ਆਪਾਂ ITP ਦਾ ਇਲਾਜ ਨਹੀਂ ਕਰ ਰਹੇ, ਆਪਾਂ ਇਲਾਜ ਕਰ ਰਹੇ ਹਾਂ ਜੀ ਰੰਜਕ ਪਿੱਤ ਦਾ। ਆਯੁਰਵੇਦ ਨੇ ਸਾਡਾ ਕੰਮ ਬੜਾ ਆਸਾਨ ਕਰਤਾ ਵਾ, 5 ਪ੍ਰਕਾਰ ਦੀ ਪਿੱਤ, ਜਿਹ 'ਚੋਂ ITP ਨੂੰ ਕੰਪੇਅਰ ਕਰਤਾ ਰੰਜਕ ਪਿੱਤ ਨਾਲ। ਜਦੋਂ ਆਪਾਂ
रंजक पित्त का इलाज करते हाँ ऑटोमैटिकली साढ़े आई टी बी के पेशेंट को फायदा मिलना शुरू हो जाता वा। और ये एक कॉमन चीज़ जी कि मैं अपने हर बंदे नू बोलदा वा जी घर बैठे एक नॉर्मल बंदा भी कर सकता वा तो आई टी बी के पेशेंट वास्ते बहुत ही चंगी है, वो है छोटे छोटे कणक के पौद्या के जूस नू यूज़ करना। वो वास्ते 15 छोटे गमले अपने घर अंदर लगाने ने, पहले गमले च पहले दिन कणक बीज दो, दूजे गमले च दूजे दिन कणक बीज दो, तीजे च तीजे दिन, इस तरह करते करते जो 15वें गमले च कणक बीजोगे तो पहले वाले गमले च छोटे छोटे पौधे आ चुके होंगे, तुसीं उन्हां पौद्यां दा रस निकालना वै और वह रस जिहड़ा वै वह पेशेंट नूं पीण नूं देना वै डेली सवेरे खाली पेट। बाजारों वीट ग्रास जूस नहीं लैना, बड़िया कंपनियां ने वीट ग्रास जूस भी मार्केट चो मिल जाएगा, लेकिन जो है नैचुरल जूस फायदा करेगा वो कोई चीज़ नहीं करेगी। इस करके अगर आई टी पी है वीट ग्रास का सेवन करो। दूजा कच्चा आंवला, आंवला अगर तुहानू मिल सके तो सुनिया जाएगा कि सियाने कहंदे ने कि सियाने का क्या तो औले का खादा बाद चो मिठा लगता वा। औला बहुत ही चंगी चीज़ है जी, कोशिश करो अगर आई टी पी तो पेशेंट सफ़र कर रहा वै फ्रैश आंवला जूस, जो आंवले का सीजन है उदो तो कच्चे औले खवाओ, जो आंवले का सीजन नहीं है उदो तुसी औले का मुरब्बा यूज़ कर सकते हो, औले का पाउडर यूज़ कर सकते हो। इस तो इलावा आप एक स्पैशल चीज़ तैयार की हुई है जी निरोगम डी टी के नाम तो। निरोगम डी टी एक ऐसी मेडिसिन है जिस फल तरीका की काढ़ा आप डिस्पर्सिबल टेबलेट के फॉर्म च पाया हुआ है, क्योंकि देखो आज की रेट च इंस्टेंट चीज़ों का जमाना आ गया वै। अज अगर आप किसी को कहिए कि तुसी काढ़ा तैयार करो जी, यह जड़ी बूटी इकट्ठी करो फिर उन्हें काढ़ो, पहले तो सारे घर च स्मैल फैल जाएगी, फिर वो पहले जड़ी बूटियां कोई नहीं इकट्ठा करना चाहेगा तो रोज कोई ढाई ढाई तीन तीन घंटे नहीं लगाना चाहिए। इस करके आपां की किया जिस तरह इंस्टेंट मैगी आ जाती है आप इंस्टेंट काढ़ा बनाता वा। आप अपनी टेक्नोलॉजी के नाल फल तरीका की कशाई जड़ियां हर्ब्स ने उन्होंने इकट्ठा किया, इकट्ठा करके उन्होंने एक्सट्रैक्ट उस तो बाद ड्राई किए गए काढ़े के और इंस्टेंट काढ़ा बन गया। तुम गर्म पानी से चार गोलियां पानी ने काढ़ा तैयार है, तो दो मिनटा च काढ़ा तैयार हो जाता जी। तो वह निरोगम डी टी जी है वह लिती जा सकती है, बहुत ही वधिया चीज़ है आईटीबी दे पेशेंट्स। ये निरोगम डीटी जड़ी है जिदा बार साडे पेशेंट है गे ने ऑर्डर कर सकते ने? बिल्कुल ऑर्डर कर सकते जी, साडी मेजोरिटी मेडिसिन जिहड़ियां ने यूएस च अवेलेबल ने, 48 आवर्स दी शिपिंग है इन्हां दवाइयां वास्ते, बड़ी इजीली पेशेंट्स नूं मिल जांदियां ने, तुसीं उह लै सकदे हो जी। ठीक है, तो एक कॉमन चीज़ां ने जिहड़ियां तुसीं करनियां ने। हुण मैं कुछ क्लासिकल आयुर्वेदिक मेडिसिन की गल करनी चाहवांगा, क्योंकि देखो मकसद यह नहीं है कि तुसीं साडे कोलों मेडिसिन लै रहे हो या तुसीं किसे कोलों मेडिसिन लै रहे हो, मकसद है तुहाडी सेहत। क्लासिकल आयुर्वेदिक मेडिसिन उन्होंने मेडिसिन कहते हैं जिड़िया कि बहुत सारी कंपनियां बनाया ने, और जरूरी नहीं कि तुम साढ़े को किसी भी कंपनी की तुम्हें दवाई मिले तुम सेवन करो, अच्छी कंपनी होनी चाहिए। वो सब तो पहले आ जाता है मंजिष्ठा की कशायम, मंजीठ जिन्हों आप मंजिष्ठा कहने काढ़ा साढ़े को होगा तो साढ़ा डिस्पर्सिबल होएगा जिस तरह कि मैं उन्हें दसिया वै, बट नॉन डिस्पर्सिबल फॉर्मेट कैप्सूल फॉर्म च पाउडर फॉर्म च बड़ी ईजीली अवेलेबल है, मार्केट मिल जाता वै। साडा ना अवेलेबल हो सके तो मंजिष्ठा की कशायम किसी का भी लवो तो इस्तेमाल करवाओ, यह कंबीनेशन है। आरोग्यवर्धनी वटी जिदा नाम ही आरोग्यवर्धनी वटी है, बड़ी ईजीली मार्केट से यूएस अवेलेबल है, लिवर नू बहुत फायदा पहुँचाती है, स्पलीन नू बहुत फायदा पहुँचाती है, वो इस्तेमाल की जा सकती है। दैन नवायस लौह, नवायस लौह दोबारा एक ऐसी मेडिसिन है जी आई टी पी बहुत फायदा करती है और साढ़े सारे ब्लड सैल्स नू फायदा करती है, वो तुसी लै सकते हो। रोहितक आद्या रिष्टम सिरप है जी, एक ईजली अवेलेबल है मार्केट से, स्पलीन दे साइज़ नू घटाने च फायदा करता वै, उहदा इस्तेमाल किया जा सकता वै। यह तीन चार चीज़ा जिहड़ियां ने तुसी इस्तेमाल कर सकते हो, लेकिन मेरी रिक्वेस्ट फिर उही रहेगी, हालांकि आयुर्वेद खान का कोई नुकसान नहीं हुंदा, तुसी इन्हां दा इस्तेमाल करदे हो तो तुहानू फायदा ही करनगे, बट कोशिश करो अगर आई टी पी वर्गा गंभीर रोग है, हैल्पलाइनस तुहाडे कोल आ रहे ने, गूगल प्ले स्टोर तो ऐप साडी जिहड़ी एनडी केयर है तुसी वो डाउनलोड कर सकते हो। अपनी रिपोर्ट्स जरूर शेयर करो, अगर साड़ी कोई भी चीज़ थोड़ी हेल्प कर सकती है सानू बहुत अच्छा लगेगा। उदे च वो गाइडलाइंस हो सकदियां ने, लाइफस्टाइल चेंजेस हो सकते ने, घर दे नुस्खे हो सकते ने, ते दवाइयां भी हो सकदियां ने। सो बिल्कुल जी, जिवें कि तुसी शो दे विच हमेशा क्योंकि मेडिसिन दी गल बाज करदे हो पर घरेलू टिप्स क्योंकि हमेशा कोशिश हुंदी है तुहाडी कि घर दे इलाजां दे नाल ही घरेलू टिप्स दे नाल ही जिहड़ा तुसी ठीक हो पाओ। सो जिहड़े हैल्पलाइन नंबर फ्लैश हो रहे ने जी, होर भी कोई भी क्योंकि जदों साडा शो स्टार्ट होए कॉपी पेन उहदे ही लै लिया करो क्योंकि बहुत सारी अच्छी इंफॉर्मेशन जिहड़ी तुहानूं मिलण वाली है, टिप्स मिलण वाले हैगे ने। बाकी जिहड़ी एंटी केयर ऐप हैगी आ
ਉਹਨੂੰ ਤੁਸੀਂ ਜ਼ਰੂਰ ਡਾਊਨਲੋਡ ਕਰ ਲਓ ਹੁਣੇ ਗੂਗਲ ਪਲੇ ਸਟੋਰ ਤੋਂ ਜਾ ਕੇ। ਜੇਕਰ ਕੋਈ ਵੀ ਪ੍ਰੋਬਲਮ ਹੈਗੀ ਹੈ ਉੱਥੇ ਰਿਪੋਰਟਸ ਜਿਹੜੀਆਂ ਆਪਣੀਆਂ ਸੈਂਡ ਕਰ ਸਕਦੇ ਹੋ। ਬਾਈ ਚਾਂਸ ਸੈਂਟਰਸ ਦੇ ਵਿੱਚ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਅਤੇ ਇਹਨਾਂ 'ਤੇ ਰਿਪੋਰਟ ਸੈਂਡ ਕਰ ਦਿਓ। ਅਦਰਵਾਈਜ਼ ਆ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਵੀ ਤੁਸੀਂ ਕਾਲ ਕਰਕੇ ਆਪਣੀ ਪ੍ਰੋਬਲਮ ਡਿਸਕਸ ਕਰ ਸਕਦੇ ਹੈਗੇ ਹੋ। ਨਾਲ ਦੀ ਨਾਲ ਕੋਸ਼ਿਸ਼ ਕਰੋ ਜੇਕਰ USA ਦੇ ਵਿੱਚ ਹੈਗੇ ਹੋ ਤਾਂ ਸੈਂਟਰਸ ਦੇ ਵਿੱਚ ਵਿਜ਼ਿਟ ਕਰੋ ਤਾਂ ਕਿ ਇੱਕ ਆਯੁਰਵੇਦ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਬਿਮਾਰੀ ਹੈਗੀ ਆ ਉਹਦਾ ਪਰਮਾਨੈਂਟ ਸੋਲਿਊਸ਼ਨ ਕੀਤਾ ਜਾਵੇ, ਨਾ ਕਿ ਇਹ ਕੋਸ਼ਿਸ਼ ਕੀਤੀ ਜਾਵੇ ਚਲੋ ਠੀਕ ਹੈ ਜੀ ਇੱਕ ਦੋ ਟੈਬਲੇਟ ਜਾਂ ਤੁਹਾਨੂੰ ਦਵਾਈ ਦਿੱਤੀ ਥੋੜ੍ਹੀ ਜਿਹੀ ਦੇਰ ਇੱਕ ਦੋ ਦਿਨ ਜਾਂ ਇੱਕ ਮਹੀਨੇ ਲਈ ਤੁਹਾਡੀ ਬਿਮਾਰੀ ਦੀ ਰੋਕਥਾਮ ਹੋ ਗਈ ਪਰ ਦੁਬਾਰਾ ਤੋਂ ਫਿਰ ਤੋਂ ਸ਼ੁਰੂ ਹੋ ਗਈ। ਉਸ ਤੋਂ ਬਾਅਦ ਫਿਰ ਲੱਖਾਂ ਦੇ ਟ੍ਰੀਟਮੈਂਟ ਆ ਜਾਂਦੇ ਨੇ ਅਤੇ ਇਸ ਕਰਕੇ ਕੋਸ਼ਿਸ਼ ਕਰੋ ਕਿ ਆਯੁਰਵੇਦ ਤਰੀਕੇ ਦੇ ਨਾਲ ਪ੍ਰੋਪਰ ਜਿਹੜਾ ਟ੍ਰੀਟਮੈਂਟ ਲਿਆ ਜਾਵੇ। ਸੋ ਸਰ ਪਰ ਤੁਸੀਂ ਇਹ ਦੱਸਿਆ ਸੀਗਾ ਕਿ ਕੁਛ ਮਰੀਜ਼ਾਂ ਲਈ ਇਹ ਬਿਮਾਰੀ ਲਾ ਇਲਾਜ ਵੀ ਹੋ ਜਾਂਦੀ ਹੈ, ਸੋ ਜੇਕਰ ਲਾ ਇਲਾਜ ਹੋ ਗਈ ਨਹੀਂ ਟ੍ਰੀਟਮੈਂਟ ਹੋ ਸਕਦਾ ਤਾਂ ਇਹ ਬਿਮਾਰੀ ਦੇ ਨਾਲ ਨੁਕਸਾਨ ਕੀ ਹੋ ਸਕਦਾ? ਦੇਖੋ ਅਗਰ ਪਲੇਟਲੈਟ ਕਾਊਂਟ 20,000 ਤੋਂ ਘੱਟ ਗਏ ਨੇ ਔਰ ਕੰਸਿਸਟੈਂਟਲੀ ਘੱਟ ਰਹਿ ਰਹੇ ਨੇ, ਸਪਲੀਨ ਰਿਮੂਵ ਕਰ ਦਿੱਤਾ ਗਿਆ ਵਾ, ਬੰਦੇ ਦੀ ਲਾਈਫ ਬਚਾਉਣੀ ਬਹੁਤ ਔਖੀ ਹੋ ਜਾਂਦੀ ਹੈ। ਕਿਉਂਕਿ ਅਗਰ ਪਲੇਟਲੈਟ ਕਾਊਂਟ ਕੰਸਿਸਟੈਂਟਲੀ 20,000 ਤੋਂ ਘੱਟ ਹੈ, ਬਾਡੀ 'ਚ ਕਿਤੇ ਨਾ ਕਿਤੇ ਬਲੀਡਿੰਗ ਹੋ ਹੀ ਜਾਣੀ ਹੈ, ਉਹਨੂੰ ਪ੍ਰੀਵੈਂਟ ਨਹੀਂ ਕੀਤਾ ਜਾ ਸਕਦਾ। ਉਹਨਾਂ ਐਕਸਟ੍ਰੀਮ ਸਟੇਜਿਸ ਵਾਸਤੇ ਮੁਕਤਾ ਪਿਸ਼ਟੀ, ਜਿਹੜਾ ਹੱਥ 'ਚ ਮੋਤੀ ਪਾਇਆ ਜਾਂਦਾ ਵਾ, ਉਸ ਮੋਤੀ ਨੂੰ ਗੁਲਾਬ ਜਲ 'ਚ ਘੋਟ ਕੇ ਬਣਾਈ ਜਾਂਦੀ ਹੈ ਮੁਕਤਾ ਪਿਸ਼ਟੀ, ਟਰਾਈ ਕੀਤੀ ਜਾ ਸਕਦੀ ਹੈ। US 'ਚ ਅਵੇਲੇਬਲ ਹੈ, ਬਹੁਤ ਵਧੀਆ ਕੰਮ ਕਰਦੀ ਹੈ, ਬਟ ਐਕਸਟ੍ਰੀਮ ਕੇਸਿਸ 'ਚ ਆਯੁਰਵੇਦ ਦੇ ਅੰਦਰ ਵੀ ਪੇਸ਼ੈਂਟ ਨੂੰ ਕਈ ਵਾਰ ਬਚਾਉਣਾ ਔਖਾ ਹੋ ਜਾਂਦਾ ਵਾ। ਇਸ ਕਰਕੇ ਕੋਸ਼ਿਸ਼ ਕਰੋ, ਅਗਰ ITP ਹੈ ਪਲੇਟਲੈਟਸ ਨੂੰ ਬਹੁਤ ਨਾ ਘਟਣ ਦਿਓ। ਆਪਾਂ ਕਈ ਵਾਰੀ ਆਪਣਾ ਬੜਾ ਹੀ ਜਿਹੜਾ ਕੀਮਤੀ ਸਮਾਂ ਨਾ ਜੀ ਉਹ ਸਟੀਰੋਇਡਸ ਖਾਣ 'ਚ ਨਿਕਾਲ ਦਿੰਦੇ ਹਾਂ, ਔਰ ਆਯੁਰਵੇਦ 'ਚ ਕਦੋਂ ਆਉਂਦੇ ਹਾਂ ਜਦੋਂ ਡਾਕਟਰ ਕਹਿ ਦਿੰਦੇ ਨੇ ਜੀ ਸੇਵਾ ਕਰ ਲਓ। ਲਾਸਟ ਸਟੇਜ ਵਾਸਤੇ ਆਯੁਰਵੇਦ ਨੂੰ ਬਿਲਕੁਲ ਨਾ ਰੱਖੋ ਜੀ। ਆਯੁਰਵੇਦ ਐਲੋਪੈਥੀ ਵਕਨ ਹੀ ਬਹੁਤ ਜਲਦੀ ਰਿਜ਼ਲਟਸ ਦੇ ਸਕਦਾ ਵੈ, ਪ੍ਰੋਵਾਈਡਿਡ ਤੁਸੀਂ ਇਹਨੂੰ ਮੇਨ ਸਟ੍ਰੀਮ ਪੈਥੀ ਵਕਨ ਮੰਨਦੇ ਹੋ। ਪ੍ਰੋਬਲਮ ਦੀ ਸ਼ੁਰੂਆਤ ਹੈ, ਤੁਸੀਂ ਟਰਾਈ ਕਰਕੇ ਦੇਖੋ, ਕੰਪੇਅਰ ਕਰਕੇ ਦੇਖੋ, ਤੁਸੀਂ ਦੇਖੋਗੇ CBC ਜਿਹੜਾ ਕਿ ਕੰਪਲੀਟ ਬਲੱਡ ਕਾਊਂਟ ਹੈ ਉਹ ਆਯੁਰਵੇਦ ਨਾਲ ਐਲੋਪੈਥੀ ਤੋਂ ਵੀ ਕੁਇਕਲੀ ਜਿਹੜਾ ਇੰਪਰੂਵ ਕਰ ਸਕਦਾ ਵੈ। ਬਿਲਕੁਲ ਜੀ ਬਿਲਕੁਲ। ਸੋ ਥੈਂਕ ਯੂ ਸੋ ਮਚ ਸਰ, ਤੁਸੀਂ ਟਾਈਮ ਕੱਢਿਆ ਤੇ ਸਾਡੀ ਆਡੀਅੰਸ ਦੇ ਨਾਲ ਇਹ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ। ਥੈਂਕ ਯੂ ਜੀ। ਸੋ ਬਾਕੀ ਜੀ ਨੰਬਰ ਫਲੈਸ਼ ਹੋ ਹੀ ਰਹੇ ਨੇ, ਕੋਈ ਵੀ ਇਨਫੋਰਮੇਸ਼ਨ ਹੋਰ ਚਾਹੀਦੀ ਹੈਗੀ ਇਹਨਾਂ ਨੰਬਰ 'ਤੇ ਕਾਲ ਕਰਕੇ ਲੈ ਸਕਦੇ ਹੋ ਜੀ। ਅਤੇ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਤੇ ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਤੇ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।